ਅੱਜ ਦੀ ਅੰਜੀਲ ਦੀ ਆਖਰੀ ਵਚਨ ਮੱਤੀ 19:15 ਹੈ। ਇਹ ਵਚਨ ਦੀ ਸਾਦਗੀ ਅਤੇ ਕੋਮਲਤਾ ਸਾਰਿਆਂ ਨੂੰ, ਖਾਸ ਕਰਕੇ ਮਾਸੂਮ ਅਤੇ ਨਿਮਰ ਲੋਕਾਂ ਲਈ ਯੇਸੂ ਦੇ ਬੇਅੰਤ ਪਿਆਰ ਨੂੰ ਦਰਸਾਉਂਦੀ ਹੈ। ਬੱਚਿਆਂ ਉੱਤੇ ਹੱਥ ਰੱਖ ਕੇ ਯੇਸੂ ਸੱਭਿਆਚਾਰਕ ਨਿਯਮਾਂ ਨੂੰ ਚੁਣੌਤੀ ਦਿੰਦਾ ਹੈ, ਜੋ ਅਕਸਰ ਨੌਜਵਾਨਾਂ ਅਤੇ ਕਮਜ਼ੋਰ ਲੋਕਾਂ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਬੱਚੇ ਵਰਗੇ ਦਿਲ ਨਾਲ ਖੁਦਾ ਦੇ ਕੋਲ ਜਾਣਾ, ਉਸ ਦੀ ਕਿਰਪਾ ਅਤੇ ਆਸ਼ਿਸ਼ ਲਈ ਖੁੱਲ੍ਹਾ ਹੋਣਾ ਅਤੇ ਹਰ ਇੱਕ ਵਿਅਕਤੀ ਦੀ ਉਮਰ ਜਾਂ ਰੁਤਬੇ ਦੀ ਪਰਵਾਹ ਕੀਤੇ ਬਿਨਾਂ ਖੁਦਾ ਦੁਆਰਾ ਪਿਆਰ ਕਰਨ ਵਾਲੇ ਦੀ ਕਦਰ ਕਰਨਾ। ਅਸੀਂ ਪ੍ਰਾਰਥਨਾ ਕਰੀਏ, ਇਹ ਪ੍ਰਭੂ ਅੱਜ ਮੈਨੂੰ ਸਮਾਜ ਅਤੇ ਭਾਈਚਾਰੇ ਵਿੱਚ ਹਰ ਵਿਅਕਤੀ ਨੂੰ ਉਮਰ ਅਤੇ ਸਿੱਖਿਆ ਦੀ ਪਰਵਾਹ ਕੀਤੇ ਬਿਨਾਂ ਮਹੱਤ ਦੇ ਕੇ ਜੀਵਨ ਦੀ ਗਰਬਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।